ਲੜਕੇ ਦੇ ਅੰਦਰ ਕੋਈ ਨਾ ਕੋਈ ਲੁੱਟ ਖੋਹ ਹੁੰਦੀ ਰਹਿੰਦੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਲੁੱਟ ਮਾਰ ਕਰਨ ਵਾਲਿਆਂ ਦੇ ਹੌਸਲੇ ਬੁਲੰਦ ਹੋ ਗਏ ਹਨ। ਤਾਜ਼ਾ ਘਟਨਾ ਮੁਤਾਬਕ ਮਕੰਦ ਕੌਰ ਪਤਨੀ ਬਾਰਾ ਸਿੰਘ ਵਾਸੀ ਧੂੜਕੋਟ ਨਸੀਹ ਨੇ ਥਾਣਾ ਨਿਹਾਲ ਸਿੰਘ ਵਾਲਾ ਵਿੱਚ ਆਪਣੇ ਨਾਲ ਲੁੱਟ ਖੋਹ ਸੰਬੰਧੀ ਸ਼ਿਕਾਇਤ ASI ਸ਼ੇਰ ਬਹਾਦਰ ਕੋਲ ਦਰਜ ਕਰਵਾਈ, ਜੋ ਕਿ ਨਿਹਾਲ ਸਿੰਘ ਵਾਲਾ ਦੇ ਮੇਨ ਚੌਂਕ ਵਿੱਚ ਨਾਕੇ ਉੱਪਰ ਸਨ। ਪੀੜਤ ਮਕੰਦ ਕੌਰ ਮੁਤਾਬਕ 9 ਜੁਲਾਈ ਨੂੰ ਸਮਾਂ ਕਰੀਬ ਦੁਪਹਿਰੇ 1 ਵਜੇ ਦਾ ਸੀ। 3 ਆਦਮੀ ਅਤੇ 1 ਔਰਤ ਜੋ ਅਣਪ ਸਾਥੀ ਸਨ, ਉਸ ਪਾਸੋਂ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਅਤੇ 2000 ਰੁਪਏ ਨਾਲ ਦਿਨ ਦਿਹਾੜੇ ਲੁੱਟ ਲਏ। ਪੀੜਤ ਔਰਤ ਨੇ ਆਪਣੇ ਨਾਲ ਹੋਈ ਲੁੱਟ ਖੋਹ ਸੰਬੰਧੀ ਨਿਆਂ ਦੀ ਮੰਗ ਕੀਤੀ। ਇਸ ਸੰਬੰਧੀ ਜਦੋਂ ਥਾਣਾ ਨਿਹਾਲ ਸਿੰਘ ਵਾਲਾ ਦੇ ਥਾਣਾ ਮੁਖੀ ਪਲਵਿੰਦਰ ਸਿੰਘ ਦੀ ਰਹਿਨੁਮਾਈ ਹੇਠ ASI ਸ਼ੇਰ ਬਹਾਦਰ ਅਤੇ ਪੁਲਿਸ ਹੋਰ ਅਫਸਰਾਂ ਸਮੇਤ ਚੌਸਤੀ ਫੁਰਤੀ ਦਿਖਾਉਂਦਿਆਂ 24 ਘੰਟਿਆਂ ਦੇ ਵਿੱਚ ਇਸ ਲੁੱਟ ਮਾਰ ਸੰਬੰਧੀ ਕੁਝ ਵਿਅਕਤੀਆਂ ਨੂੰ ਕਾਬੂ ਕੀਤਾ। ਕਾਬੂ ਕੀਤੇ ਵਿਅਕਤੀਆਂ ਦੇ ਵਿੱਚ ਬਿੱਲਾ ਪੁੱਤਰ ਪੱਪੂ ਰਾਮ ਵਾਸੀ ਜਗਰਾਓਂ, ਸਤਨਾਮ ਸਿੰਘ ਘੋਟਾ ਪੁੱਤਰ ਜਗਸੀਰ ਸਿੰਘ ਵਾਸੀ ਜਗਰਾਓਂ, ਬਲਵੀਰ ਸਿੰਘ ਭੀਰਾ ਪੁੱਤਰ ਹਾਕਮ ਸਿੰਘ, ਉਹਦੀ ਪਤਨੀ ਬਿੰਦੂ ਮਧੂ ਵਾਸੀ ਜਗਰਾਓਂ ਨੂੰ ASI ਸ਼ੇਰ ਬਹਾਦਰ ਅਤੇ ਪੁਲਿਸ ਪਾਰਟੀ ਨੇ ਇਹਨਾਂ ਨੂੰ ਕਾਬੂ ਕੀਤਾ ਅਤੇ 387 ਵੀ ਧਾਰਾ ਲਾ ਕੇ ਪਰਚਾ ਦਰਜ ਕਰਦਿਆਂ ਦੋਸ਼ੀਆਂ ਨੂੰ ਕਾਬੂ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਗਿਆ। ਰਿਮਾਂਡ ਦੌਰਾਨ ਚੋਰਾਂ ਕੋਲੋਂ ਹੋਰ ਵੀ ਵੱਡੇ ਖੁਲਾਸੇ ਹੋਏ ਅਤੇ ਮੰਨੇ 15/6/2020 ਨੂੰ ਉਹਨਾਂ ਨੇ 9600 ਰੁਪਏ ਅਤੇ 1 ਚੇਨ ਵੀ ਲੁੱਟੀ ਸੀ। JVS ਟਾਈਮ ਤੋਂ ਜਗਵੀਰ ਆਜ਼ਾਦ ਦੀ ਰਿਪੋਰਟ।